ਪੁੱਲਦਾ ਨਹੀਂ ਹੈਗਾ ਕਿ ਮੇਰੀ ਕਜ਼ਨਸ ਆ ਕੇ ਬਜਨ ਮੈਂ ਜੱਫੀ ਪਾ ਲਈ ਆ ਕੇ ਕਿਹਾ ਤਾਇਆ ਜੀ ਸਾਨੂੰ ਆਪਣੇ ਹੱਥੀ ਮੜਦੇ ਹੋ ਤੁਸੀਂ ਸਾਡਾ ਪਤਾ ਨਹੀਂ ਬਾਤ ਚ ਕੀ ਹੋ ਕੀ ਕੁਛ ਹੋਣਾ ਹੈਗਾ ਉਹ ਮੈਨੂੰ ਭੁੱਲਦਾ ਨਹੀਂ ਹੈਗਾ ਅਜ ਤੱਕ ਮੈਨੂੰ ਨਹੀਂ ਭੁੱਲਦਾ ਲੋਜੀ ਇਸ ਵੇਲੇ ਅਸੀਂ ਬੈਠੇ ਆਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਵਿੱਚ ਔਰ ਲਾਹੌਰ ਦੇ ਵਿੱਚ ਵਾਹਦਤ ਰੋਡ ਦੇ ਉੱਤੇ ਵਾਹਦਤ ਕਲੋਨੀ ਇੱਕ ਜਗ੍ਹਾ ਹੈ ਉੱਥੇ ਅਸੀਂ ਬੈਠੇ ਆਂ ਜਿੱਥੇ ਮੁਹੰਮਦ ਇਸਲਾਮ ਸਾਹਿਬ ਸਾਡੇ ਨਾਲ ਨੇ ਜਿਹੜੇ ਕਿ 20ਵੇਂ ਗ੍ਰੇਡ ਦੇ 20th ਗ੍ਰੇਡ ਦੇ ਅਫੀਸਰ ਰਿਟਾਇਰਡ ਨੇ ਪਲੈਨਿੰਗ ਐਂਡ ਡਿਵੈਲਪਮੈਂਟ ਇੱਕ ਡਿਪਾਰਟਮੈਂਟ ਹੈ ਉਹਦੇ ਵਿੱਚੋਂ ਤੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਨਾ ਸਿਰਫ ਇੱਕ ਅੱਛੇ ਰੈਂਕ ਦੀ ਇੱਕ ਅੱਛੇ ਅਹੁਦੇ ਦੀ ਨੌਕਰੀ ਕੀਤੀ ਸਰਕਾਰੀ ਨੌਕਰੀ ਇਹਦੇ ਨਾਲ ਨਾਲ ਇਹਨਾਂ ਨੇ 1947 ਦੇ ਹਾਲਾਤਾਂ ਨੂੰ ਇੱਕ ਗਵਾਹ ਦੇ ਤੌਰ ਤੇ ਵੇਖਿਆ ਇੱਕ ਅਜੇ ਬੰਦੇ ਦੇ ਤੌਰ ਤੇ ਜਿਨੇ ਉਹ ਹਾਲਾਤ ਖੁਦ ਆਪਣੇ ਪਿੰਡੇ ਤੇ ਆਪਣੇ ਜੁੱਸੇ ਤੇ ਆਪਣੀ ਰੂਹ ਤੇ ਹੰਡਾਏ ਤੇ ਅੱਜ ਸਾਨੂੰ ਇਹ ਸੁਣਾਉਣਗੇ ਤੇ ਆਓ ਅਸੀਂ ਇਹਨਾਂ ਨਾਲ ਗੱਲਬਾਤ ਦਾ ਆਗਾਜ਼ ਕਰਨੇ ਆ ਗੱਲਬਾਤ ਸ਼ੁਰੂ ਕਰਨੇ ਤੁਹਾਡਾ ਨਾਮ ਮੁਹੰਮਦ ਇਸਲਾਮ ਜੀ ਨਾਮ ਮੁਹੰਮਦ ਇਸਲਾਮ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ ਬਰਕਤ ਅਲੀ ਪਿਛਲਾ ਪਿੰਡ ਕਿਹੜਾ ਸੀ ਡੇਰਾ ਬਸੀ ਡੇਰਾ ਬਸੀ ਤਹਿਸੀਲੋ ਜ਼ਿਲ੍ਹਾ ਕੋਈ ਪਤਾ ਹੈ ਉਸ ਵੇਲੇ ਜੀ ਇਹ ਰਿਆਸਤ ਸੀ ਸਿਕਸ ਸਟੇਟ ਕਲਸੀਆ ਸਟੇਟ ਕਲਸੀਆ ਅੱਛਾ ਜੀ ਅੱਛਾ ਜੀ ਇਹ ਕਲਸੀਆ ਸਟੇਟ ਦਾ ਇਹ ਕਸਬਾ ਸੀ ਇਹ ਪਿੰਡ ਨਹੀਂ ਸੀ ਹਮ ਹਮ ਕਸਬਾ ਸੀ ਡੇਰਾ ਬਸੀ ਠੀਕ ਹੈ ਜੀ ਇਨ ਦੀ ਆਲ ਤੋਂ ਵਾਲੇ ਕਿਹੜੇ ਕਿਹੜੇ ਸ਼ਹਿਰ ਜਾਂ ਪਿੰਡ ਸੀ ਇਹਦੇ ird gird ਜੀ ਮੁxtਲਫ ਪਿੰਡ ਸੀਗੇ ਜੀ ਹਮ ਮਸਲ ਡੇਰਾ ਪੰਘਰਪੁਰ ਹਮ ਮਨੋਲੀ ਹਮ ਮੋਲੀ ਮੋਹਾਲੀ ਹਮ ਰੋਪੜ ਕੁੰਬੜਾ ਸੋਹਾਣਾ ਹੋਰ ਬਹੁਤ ਸਾਰੇ ਬਾਕੀ ਸੈਦਪੁਰ ਰਾਮਗੜ ਮੁਬਾਰਕਪੁਰ ਔਰ ਆਪਣੇ ਪੰਜ ਕੂਲਾ ਜੀ ਰੋਪੜ ਮਨ ਮੁਖਤਲਫ ਸ਼ਹਿਰ ਹੈ ਸ਼ਹਿਰ ਨਵਾ ਵੀ ਨਿਕਲ ਜ਼ਿਆਦਾਤਰ ਕਸਬੇ ਸਗੇ ਔਰ ਮੁਬਾਰਕਪੁਰ ਚੰਡੀ ਚੰਡੀਗੜ੍ਹ ਸਾਤੋਂ ਕੋਈ 9 ਮੀਲ ਦੇ فاਸਲੇ ਤੇ ਸੀ ਜੀ ਚੰਡੀਗੜ੍ਹ ਚੰਡੀਗੜ੍ਹ ਡੇਰਾ ਬਸੀ ਤੋਂ ਚੰਡੀਗੜ੍ਹ 9 ਮੀਲ ਦੇ فاਸਲੇ ਤੇ ਇਹ ਚੰਡੀਗੜ੍ਹ ਉਹ ਹੀ ਜਿਹੜਾ ਅੱਜ ਕੱਲ ਪੰਜਾਬ ਦਾ ਤੇ ਹਰਿਆਣਾ ਦਾ ਉੱਥੇ ਦਰਲ ਹਕੂਮਤ ਬਿਲਕੁਲ ਬਿਲਕੁਲ ਦਰਲ ਖਲਾਫਾ ਹੈ ਜੀ ਠੀਕ ਹੈ ਜਿਹੜਾ ਤੁਹਾਡਾ ਪਿੰਡ ਜਾਂ ਕਸਬਾ ਸੀ ਡੇਰਾ ਬਸੀ ਇਹਦੀ ਤਹਿਸੀਲ ਜ਼ਿਲ੍ਹਾ ਕੋਈ ਨਹੀਂ ਸੀ ਬਲਕਿ ਕਿਸੇ रियासत ਦਾ ਹਿੱਸਾ ਸੀ ਕਿ ਤਸੀਲ ਦਾ ਹਿੱਸਾ ਸੀ ਅੰਗਰੇਜ਼ੀ ਅਮਲਦਾਰੀ ਚ ਨਹੀਂ ਸੀ ਜੀ ਨਾ ریاست ਪਟਿਆਲੇ ਦੇ ਅਮਲਦਾਰੀ ਸੀ ریاست ਕਲਸੀਆ ਸੀ ਕਲਸੀਆ ਉਹ ਵੀ ਅੱਛਾ ਉਹ ਵੀ ਸਿੱਖ ਸਟੇਟ ਸੀ ਠੀਕ ਹੈ ਹਾਂ ਅੱਛਾ ਸਾਨੂੰ ਇਹ ਦੱਸੋ ਤੁਸੀਂ ਕਿ ਇਹ ਜਿਹੜਾ ਡੇਰਾ ਬਸੀ ਸੀ ਇਹਦੇ ਵਿੱਚ ਮੁਸਲਮਾਨ ਹੀ ਰਹਿੰਦੇ ਸੀ ਕੀ ਮੁਸਲਮਾਨ ਵੀ ਰਹਿੰਦੇ ਸੀ ਜੀ ਹਿੰਦੂ ਵੀ ਰਹਿੰਦੇ ਸੀ ਤੇ ਸਿੱਖ ਵੀ ਰਹਿੰਦੇ ਸੀ ਸਿੱਖਾਂ ਦੀਆਂ مختلف ਕੋਈ ਜੁੱਤੀਆਂ ਦਾ ਕਾਰੋਬਾਰ ਕਰਦੇ ਸੀ ਕੋਈ ਖੱਲਾਂ ਧੋਣੇ ਦਾ ਸਾਫ਼ ਕਰਨੇ ਦਾ ਕਾਰੋਬਾਰ ਕਰਦੇ ਸੀ ਇੱਕ ਜ਼ਾਤ ਹੋਰ ਵੀ ਸੀ ਸੈਣੀ ਸੈਣੀ ਉਹਨਾਂ ਨੂੰ ਕਹਿੰਦੇ ਇੱਕ ਸੈਣੀ ਖਟੀਕ ਔਰ ਮਨਾਉਣ ਵਾਲਿਆਂ ਨੂੰ ਅਸੀਂ ਤਾਂ ਚਮਾਰ ਹੀ ਕਹਿੰਦੇ ਹੁੰਦੇ ਸੀ ਬਾਕੀ ਮੁਸਲਮਾਨ ਵੀ ਜੁੱਤੀਆਂ ਬਣਾਉਂਦੇ ਸੀ ਲੇਕਿਨ ਉਹਨਾਂ ਨੂੰ ਮੋਚੀ ਕਹਿੰਦੇ ਸੀ ਮੁਸਲਮਾਨ ਨੂੰ ਮੋਚੀ ਕਹਿੰਦੇ ਸੀ ਉਹਨਾਂ ਨੂੰ ਚਮਾਰ ਕਹਿੰਦੇ ਸੀ ਠੀਕ ਹੈ ਠੀਕ ਹੈ ਤੇ ਬਬਜੀਏ ਦੱਸੋ ਸਾਨੂੰ ਕਿ ਮੁਸਲਮਾਨਾਂ ਦੀਆਂ ਕਿਹੜੀ ਕਿਹੜੀਆਂ ਬਰਾਦਰੀਆਂ ਡੇਰਾ ਬੱਸੀ ਵਿੱਚ ਆਬਾਦ ਸਨ ਇਹਦੇ ਵਿੱਚ ਪਠਾਨ ਵੀ ਸਿਗਾ ਜੀ ਔਰ ਸਨਿਆਰਿਆਂ ਦੇ ਵੀ ਸੀ ਰਾਜ مختلف ਮੁਹੱਲੇ ਸਗੇ ਰਾਜਾਂ ਦਾ ਮੁਹੱਲਾ ਪਠਾਣਾ ਦਾ ਮੁਹੱਲਾ ਸਨਿਆਰਿਆਂ ਦਾ ਮੁਹੱਲਾ ਤੇ ਸਾਡਾ ਜਿਹੜਾ ਮੁਹੱਲਾ ਸੀ ਉਹ ਮੁਹੱਲਾ ਪੂਰਾ ਸੀ ਇਹਦੇ ਵਿੱਚ ਸਾਰੀ ਆਬਾਦੀ ਜਿਹੜੀ ਉਹ ਕਪੜਾ ਬੁਣਨ ਵਾਲੇ ਸੀ ਠੀਕ ਹੈ ਠੀਕ ਮੁਹੱਲਾ ਪੂਰਾ ਕਪੜੇ ਦਾ ਕੰਮ ਕਰਦੇ ਸੀ ਕਪੜੇ ਦਾ ਬੁਣਦੇ ਸੀ ਜੀ ਬੁਣਦੇ ਠੀਕ ਹੈ ਠੀਕ ਆਪਣੇ ਹੱਥ ਦੀ ਕਰਕੇ ਖਾਣ ਵਾਲੇ ਸੀ ਹਾਂਜੀ ਹਾਂਜੀ ਆਪਣੇ ਠੀਕ ਹੈ ਤੇ ਇਹ ਦੱਸੋ ਸਾਨੂੰ ਕਿ ਇਹਨਾਂ ਚੋਂ ਸਿਰਕੜਵੇਂ ਤੁਹਾਡੇ ਬ੍ਰਾਦਰੀ ਦੇ ਅਗਰ ਗੱਲ ਕਰੀਏ ਮੁਹੱਲਾ ਪੂਰਾ ਦੀ ਹਾਂਜੀ ਉਹਦੇ ਚੋਂ ਸਿਰਕਟ ਵਿੱਚ ਮੁਸਲਮਾਨ ਕਿਹੜੇ ਸੀ ਜਿਨ੍ਹਾਂ ਨੂੰ ਮੋਹੱਲੇ ਵਿੱਚ ਗਲੀ ਵਿੱਚ ਪੁਲਕੇ ਸ਼ਹਿਰ ਦੇ ਲੈਵਲ ਤੇ ਲੋਕ ਜਾਣਦੇ ਹੋਣ ਅ ਜਾਨਣ ਤੋਂ ਸਾਰਿਆਂ ਨੂੰ ਜਾਣਦੇ ਸੀ ਲੇਕਿਨ ਕਿਉਂਕਿ ਮੇਰੇ ਵਾਲਾ ਸਾਹਿਬ ਅ ਸਰਕਾਰੀ ਨੌਕਰ ਸੀਗੇ ਇਸ ਕਰਕੇ ਬਰਕਤ ਲਈ ਮੋਟਰ ਡਰਾਈਵਰ ਜਦੋਂ ਵੀ ਕੋਈ ਯਾਦ ਕਰਦਾ ਸੀ ਮੈਂ ਬਰਕਤ ਨਹੀਂ ਮਉਣ ਯਾਨੀ ਇਹ ਸਮਝੋ ਵੀ ਉਸ ਮੋਹੱਲੇ ਚ 4 ਜਾਂ 5 5 ਜਾਂ 6 ਕਰ ਪੱਕੇ ਸੀ ਹੂੰ ਬਾਕੀ ਸਭ ਕੱਚੇ ਸੀ ਠੀਕ ਹੈ ਜ਼ਿਆਦਾਤਰ ਇਹੋ ਚੀਜ਼ ਸੀ ਕਿ ਜੀ ਬਰਕਤ ਅਲੀ ਮੋਟਰ ਡਰਾਈਵਰ ਬਰਕਤ ਅਲੀ ਮੋਟਰ ਡਰਾਈਵਰ ਦਾ ਘਰ ਵੀ ਪੱਕਾ ਸੀ ਹਾਂਜੀ ਹਾਂਜੀ ਸਾਡਾ ਘਰ ਪੱਕਾ ਸੀ ਠੀਕ ਹੈ ਪੁਰਾ ਜੇਕਰ ਸੀ ਗੱਲ ਕਰਦੇ ਆ ਬਸੀ ਡੇਰ ਡੇਰਾ ਬਸੀ ਡੇਰਾ ਬਸੀ ਡੇਰਾ ਬਸੀ ਦੇ ਵਿੱਚ ਵੀ ਕੋਈ ਮਸ਼ਹੂਰ ਮੁਸਲਮਾਨ ਸੀ ਜਿਹਨੂੰ ਪੂਰੇ ਸ਼ਹਿਰ ਦੇ ਲੋਕ ਜਾਣਦੇ ਹੋਣ ਉਹਨਾਂ ਵਿੱਚੋਂ ਜੀ ਪਠਾਣਾ ਦੇ ਸ਼ਬੀਰ ਖਾਨ ਬशीर ਖਾਨ ਇਹਨਾਂ ਨੂੰ ਜ਼ਿਆਦਾ ਜਾਣਦੇ ਸਨ ਸਨਿਆਰਿਆਂ ਚੋਂ ਮੁੰਸ਼ੀ ਮੁਹੰਮਦ ਰਮਜ਼ਾਨ ਯਾਨੀ ਜਿਹੜੇ ਕਿ ਭਲਾਈ ਦੇ ਕੰਮ ਰਫਾਏ ਆਮਾਂ ਦੇ ਕੰਮ ਇਹਦੇ ਚ ਔਰ ਉਹਨਾਂ ਦੀ ਬਰਾਦਰੀ ਦੇ ਬਰਾਦਰੀ ਕਹ ਲੋ ਜ਼ਿਆਦਾ ਰਿਸ਼ਤੇਦਾਰ ਉਹ ਗੁਜਰਾਵਾਲੇ ਚ ਬੈਠੇ ਹੈਗੇ ਤੇ ਪਠਾਣਾ ਵਿੱਚੋਂ ਕੁਝ ਖੁਸ਼ਾਬ ਹੈਗੇ ਕੁਝ ਆਪਣੇ ਨਰੋਵਲ ਸਾਈਡ ਤੇ ਵੀ ਹੈਗੇ ਕੁਝ ਆਪਣੇ ਲਾਹੌਰ ਵੀ ਹੈਗੇ ਲੇਕਿਨ ਉਸ ਵੇਲੇ ਜ਼ਿਆਦਾਤਰ ਯਾਨੀ ਪਠਾਨ ਪਠਾਨ ਨਾਰੋਵਾਲ ਔਰ ਖੁਸ਼ਾਬ ਮੀਆਂ ਵਾਲੀ ਇਧਰ ਆਬਾਦ ਹੋਏ ਹੈ ਜ਼ਿਆਦਾ ਪ੍ਰੋਮਿਨੈਂਟ ਜਿਹੜੀ ਯਾਨੀ ਕੌਮਾਂ ਸੀਗੀਆਂ ਉਹ ਸੁਨਿਆਰ ਔਰ ਪਠਾਨ ਸੀ ਠੀਕ ਹੈ ਜਿਨ੍ਹਾਂ ਦੀ ਰਿਸ਼ਤੇਦਾਰੀ ਖਾਨ ਲਿਆਕਤ ਅਲੀ ਖਾਨ ਦੇ ਨਾਲ ਵੀ ਸੀ ਅੱਛਾ ਜੀ ਪਠਾਨਾ ਵਿੱਚੋਂ ਅੱਛਾ ਜੀ ਠੀਕ ਹੈ ਇਹ ਦੱਸੋ ਕਿ ਬਾਕੀ ਜਿਹੜੇ ਕੌਮਾਂ ਉੱਤੇ ਆਬਾਦ ਸੀ ਮੁਸਲਮਾਨਾਂ ਤੋਂ ਇਲਾਵਾ ਦੀਗਰ ਮਜ਼ਾਹਬ ਦੇ ਲੋਕ ਅਗਰ ਅਸੀਂ ਗੱਲ ਕਰਨੇ ਆਂ ਦੀਗਰ ਦੂਸਰੇ ਮਸਬਾਂ ਦੇ ਲੋਕ ਉਹਨਾਂ ਵਿੱਚ ਸਿੱਖ ਕਿੰਨੀ ਕੁ ਤਾਦਾਦ ਦੇ ਵਿੱਚ ਸੀ ਸਿੱਖ ਮੈਂ ਤੁਹਾਨੂੰ ਦੱਸਿਆ ਨਾ ਜੀ ਸਿੱਖ ਬਰਾਦਰੀ ਜਿਹੜੀ ਜਿੰਨੇ ਸੀਗੇ ਉਹ ਇਹ ਕੰਮ ਕਰਦੇ ਸੀ ਜੁੱਤੀਆਂ ਦਾ ਹਮ ਯਾਨੀ ਖਟੀਕ ਉਹਨਾਂ ਨੂੰ ਕਹਿੰਦੇ شمار ਕਹਿੰਦੇ ਸੀ ਅਗਰ ਮੁਸਲਮਾਨ ਜੁੱਤੀਆਂ ਬਣਾਉਂਦੇ ਤੇ ਉਹਨਾਂ ਨੂੰ ਮੋਚੀ ਕਹਿੰਦੇ ਹੁੰਦੇ ਸੀ अच्छा मैं एक सवाल ਕੀਤਾ ਕਿ ਉਹਨਾਂ ਦੀ ਆਬਾਦੀ ਕਿੰਨੀ ਸੀ ਸਿੱਖਾਂ ਦੀ ਆਬਾਦੀ ਕਿੰਨੀ ਸੀ ਡੇਰਾ ਬਸੀ ਵਿੱਚ ਸਿੱਖਾਂ ਦੀ ਆਬਾਦੀ ਮੇਰਾ خیال ਹੈ ਜ਼ਿਆਦਾ ਤੋਂ ਜ਼ਿਆਦਾ 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 2000 2000 ਜਾਂ ਇਹ 3000 ਤੋਂ ਕਿਸੇ ਸੂਰਤ ਵਿੱਚ ਜ਼ਿਆਦਾ ਨਹੀਂ Hindu ਵੀ ਹੈ ਸੀ ਉੱਥੇ Hindus اکثریت ਉਹਨਾਂ ਦੀ ਸੀ اچھا ਜੀ ਡੇਰਾ ਬਸੀ ਵਿੱਚ Hindu اکثریت اور ਉਹਨਾਂ ਦਾ ਜ਼ਿਆਦਾਤਰ ਤਾਜਰ ਪੇਸ਼ਾ ਲੋਕ ਸੀਗੇ ਜੀ ਤਜਾਰਤ ਕਰਦੇ ਸੀ ਤਜਾਰਤ ਮਤਲਬ ਵੀ ਹੋਈ ਯਾਨੀ ਕਪੜੇ ਦੀ ਦੁਕਾਨਾਂ ਦਾਲ ਦਾਲ ਚਾਵਲ ਇਹ ਖੁਰਦੋ ਨੋਸ਼ ਦੀਆਂ ਚੀਜ਼ਾਂ ਜਿਹੜੀਆਂ ਉਹ ਉਹਨਾਂ ਦੀ ਦੁਕਾਨਾਂ ਸੀ ਠੀਕ ਹੈ ਔਰ ਅਕਸਰੀਅਤ ਇਹਨਾਂ ਦੀ ਸੀ ਅੱਛਾ ਜੀ ਔਰ ਸੁਨਿਆਰਿਆਂ ਦੀ ਅਗਰ ਦੁਕਾਨਾਂ ਸੀ ਤੇ ਉਹ ਵੀ ਇੰਨੀ ਜ਼ਿਆਦਾ ਅਕਸਰੀਅਤ ਨਹੀਂ ਕਹਿ ਸਕਦੇ ਤੁਸੀਂ ਉਹਨੂੰ ਲੇਕਿਨ ਅੱਛੀ ਖਾਸ ਨੇ ਤਾਦਾਦ ਦੇ ਵਿੱਚ ਸਨੇਹ ਰਿਆਣੇ ਦੀਆਂ ਦੁਕਾਨਾਂ ਤੇ ਹੋਰ ਮੁਸਲਮਾਨ ਸੀਗਾ ਜੀ ਹੂੰ 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 ਹੁਣ ਅਗਰ ਅਸੀਂ ਤਾਲੁਕਾਤ ਦੀ ਗੱਲ ਕਰੀਏ ਤੇ ਸਾਰੀਆਂ ਕੌਮਾਂ ਜਿਹੜੀਆਂ ਉੱਥੇ ਰਹਿ ਰਹੀਆਂ ਸੀ ਮੁਸਲਮਾਨ ਸਿੱਖ ਹਾਂਜੀ ਹਿੰਦੂ ਇਹਨਾਂ ਦੇ ਆਪਸ ਵਿੱਚ ਤਾਲੁਕਾਤ ਕਿਸ ਤਰ੍ਹਾਂ ਦੇ ਸੀ ਬਿਲਕੁਲ ਸਹੀ ਸੀਗਾ ਕੋਈ ਕੋਈ ਕਦੇ ਝਗੜਾ ਅਗਰ ਝਗੜਾ ਹੁੰਦਾ ਸੀ ਕਿਸੇ ਵੇਲੇ ਤੇ ਉਹ ਹੁੰਦਾ ਸੀ ਜਾ ਕੇ ਐ ਇਹ 1935 ਦਾ ਸਾਡੇ ਵੱਡੇ ਦੱਸਦੇ ਆ ਕਿ 1935 ਚ ਉਥੇ ਐ ਤਾਜ਼ੀ ਤਾਜ਼ੀ ਕਰਦੇ ਹੁੰਦੇ ਸੀ ਸਾਡੇ ਸਾਡੇ ਪਿੰਡ ਦੇ ਵਿੱਚ ਅਹਲੇ ਤਸ਼ੀਕ ਕੋਈ ਵੀ ਨਹੀਂ ਸੀਗਾ ਲੇਕਿਨ ਹਰ ਇੱਕ ਮੁਹੱਲੇ ਚੋਂ ਸੁਨਿਆਰਿਆਂ ਤੋਂ ਔਰ ਪਠਾਣਾ ਤੋਂ ਅਲਾਵਾ ਹਰ ਇੱਕ ਮੁਹੱਲੇ ਚੋਂ ਤਾਜ਼ੀਆਂ ਨਿਕਲਦਾ ਸੀ ਅੱਛਾ ਜੀ ਤੇ 1935 ਦਾ ਸੁਣਨ ਚ ਵਾਕਿਆ ਇਹ ਹੈ ਕਿ ਮੁਸਲਮਾਨਾਂ ਨੇ ਕੀ ਕੀਤਾ ਕਿ ਤਾਜ਼ੀਆ ਲੰਬੇ ਲੰਬੇ ਨੌਜਵਾਨ ਕੱਢ ਕੇ ਨਾ ਜੀ ਤੇ ਉਹ ਹਿੰਦੂਆਂ ਦੇ ਮਹੱਲੇ ਜਿਸ ਲਈ ਗਿਆ ਨਾ ਹਿੰਦੂਆਂ ਦੇ ਮਹੱਲੇ ਜਾ ਕੇ ਉਹਨਾਂ ਨੇ ਤਾਜ਼ੀਆ ਪੀਪਲ ਦੇ ਦਰਖਤ ਚ ਫਸਾਤਾ ਪੀਪਲ ਦੇ ਦਰਖਤ ਚ ਫਸਾਤਾ ਕਹਿੰਦੇ ਜੀ ਨਹੀਂ ਤਾਜ਼ੀਆ ਨਹੀਂ ਮਾਨੀ ਹੋਏਗਾ ਪੀਪਲ ਦਾ ਦਰਖਤ ਕੱਟਿਆ ਜਾਏਗਾ یعنی لڑائی یعنی خون خرابے دی حد تک پہنچ گئی سی ਸਾਡੇ ਵੱਡੇ ਦੱਸਦੇ 1934 35 ਦੀ ਗੱਲ ਹੈ ਆਖਰਕਾਰ ਦੋਨੋਂ ਪਾਸੇ ਜਨਾਬ ਹਥਿਆਰ ਉਧਰੋਂ ਵੀ ਇਧਰੋਂ ਵੀ ਮੁਸਲਮਾਨ ਵੀ ਆ ਗਏ ਤੇ ਇਹ ਗੱਲ ਫੇ ਪਹੁੰਚੀ ਸਿੱਖ ਮਹਾਰਾਜੇ ਦੇ ਰਾਜੇ ਤੱਕ ਉਹ ਆਇਆ ਆ ਕੇ ਮੁਸਲਮਾਨਾਂ ਨੇ ਵੀ ਆਪਣਾ ਵਕੀਲ ਕਰ ਲਿਆ ਹਿੰਦੂਆਂ ਨੇ ਵੀ ਆਪਣਾ ਵਕੀਲ ਕੀਤਾ ਤੇ ਤੇ ਹਿੰਦੂ ਕਹਿੰਦੇ ਜੀ ਇਹ ਸਾਡਾ ਬੜਾ ਪਵਿੱਤਰ ਬੜਾ ਨੇਕ ਯਾਨੀ ਇਹ ਦਰਖਤ ਹੁੰਦਾ ਅਸੀਂ ਤੇ ਨਹੀਂ ਵਢਣ ਦੇਣਾ ਅੱਛਾ ਜੀ ਤੇ ਬਹਿਸ ਹੁੰਦੀ ਰਹੀ ਤੇ ਮੁਸਲਮਾਨਾਂ ਦੇ ਵਕੀਲ ਨੇ ਕਿਹਾ ਜਨਾਬ ਅਲੀ ਅਗਰ ਇਹ ਵਢਿਆ ਜਾ ਅਗਰ ਉਹ ਫਲਾਣਾ ਹਿੰਦੂ ਦਾ ਘਰ ਆਏਗਾ ਹੂੰ ਉਹ ਯਾਨੀ ਅਸੀਂ ਆਪਣੇ ਮਾਲਿਆ ਵਾਲੇ ਜ਼ੁਬਾਨ ਚ ਉਹਨੂੰ ਵੱਡੇ ਦਰਖਤ ਨੂੰ ਵਿਰਚ ਕਹਿੰਦੇ ਆ ਹੂੰ ਆ ਘੜਾ ਹੁੰਦਾ ਠੀਕ ਹੈ ਉਹ ਉਹ ਖਤਰੇ ਦੇ ਨਿਸ਼ਾਨੇ ਬਣ ਗਏ ਸੀ ਉਹਨਾਂ ਨੇ ਕਟਲ ਕੱਟ ਗਏ ਉਹਨੂੰ ਬਿਲਕੁਲ ਯਾਨੀ ਯਾਨੀ ਅਸਰਬਦ ਹਾਲਤ ਤੇ ਜਦੋਂ ਕਿਹਾ ਜੀ ਸਰਲੇ ਮੁਸਲਮਾਨਾਂ ਦੇ ਵਕੀਲ ਨੇ ਕਹਿੰਦੇ ਦੇਖੋ ਜੀ ਉਹ ਵੀ ਤੇ ਪੀਪਲ ਦੇ ਦਰਸਤ ਹੈਗਾ ਉਹ ਵੱਡੇ ਉਹ ਵੀ ਹਿੰਦੂ ਦੇ ਘਰ ਹੈ ਹਾਂ ਉਹ ਉਹ ਰਾਜਾ ਜਿਹੜਾ ਸੀ ਉਹ ਆਪਣੇ ਮੂਡ ਦੇ ਵਿੱਚ ਸੀ ਉਹ ਕਹਿੰਦਾ ਵੱਢ ਦਿਓਏ ਅੱਛਾ ਜੀ ਉਹਦੇ ਬਸ ਹਿੰਦੂ ਜਿਹੜੇ ਨਾ ਹੱਥ ਬੰਨ ਕੇ ਖੜੇ ਲੋਗੇ ਕਹੇ ਜੀ ਸ਼ਾਖਾ ਸ਼ਾਖਾ ਵੜਨਾ ਤੁਸੀਂ ਤੇ ਬਾਕੀ ਨਾ ਮੁਸਲਮਾਨਾਂ ਨੇ ਕੀ ਕੀਤਾ ਟੁੰਡ ਮੁੰਡ ਕਰ ਦਿੱਤਾ ਉਹਨੂੰ ਇਹ ਸੀ ਯਾਨੀ ਅਕਸਰ ਜੇ ਅਗਰ ਝਗੜਾ ਹੁੰਦਾ ਸੀ ਤੇ ਈਦ ਬਕਰਾਏ ਔਰ ਸਾਡੇ ਕਸਬੇ ਚ ਗਾਂ ਜ਼ਬਾਹ ਕਰਨਾ ਮਨਾ ਸੀ ਇਹ ਮਹਾਰਾਜੇ ਵੱਲੋਂ ਸੀ ਤੇ ਮੁਸਲਮਾਨਾਂ ਵੱਲੋਂ ਇਹ ਸੀ ਕਿ ਸਾਡੇ ਕਸਬੇ ਚ ਕੋਈ ਵੀ ਸੂਰ ਦਾ ਗੋਸ਼ਟ ਜਾਂ ਸੂਰ ਪਾਲਣਾ ਅਗਰ ਪਾਲਦੇ ਵੀ ਸੀ ਤੇ ਉਹ ਪਿੰਡੋਂ ਬਾਹਰ ਵਾਦੀ ਸੀ ਉਹਨਾਂ ਦੇ ਅੱਛਾ ਜੀ ਤੇ ਉੱਥੇ ਗੋਸ਼ਟ ਨਹੀਂ ਸੀ ਵਿਕਸਦਾ ਸਾਡੇ ਅਗਰ ਗੋਸ਼ਟ ਗਾਂ ਦਾ ਗੋਸ਼ਟ ਲੈਣਾ ਹੁੰਦਾ ਸੀ ਤੇ ਇੱਕ ਅੰਗਰੇਜ਼ੀ ਅਮਲਦਾਰੇ ਦੇ ਵਿੱਚ ਸੀ ਮੁਬਾਰਕਪੁਰ ਉਥੋਂ ਲੈ ਕੇ ਆਉਣਾ ਉਹ ਵੀ ਛੁਪ ਛੁਪਾ ਕੇ ਗਾਂ ਦਾ ਗੋਸ਼ਟ ਨਹੀਂ ਸੀ ਹੁਣ ਦਿੰਦੇ ਹੁੰਦੇ ਈਦ ਤੇ ਵੀ ਨਹੀਂ ਵੱਡੀ ਈਦ ਤੇ ਵੀ ਨਹੀਂ ਕੀਤੀ ਜਾਂਦੀ ਅੱਛਾ 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 ਕਦੇ ਕਿਸੇ ਨੇ ਗਾਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਿਉਂਕਿ ਇਹ ਮੁਆਹਦਾ ਹੋ ਚੁੱਕਿਆ ਸੀ ਰਾਜੇ ਵੱਲੋਂ ਕਿ ਭਈ ਤੁਸੀਂ ਇਹੋ ਜਿਹੀ ਫਸਾਦੀ ਗੱਲ ਨਹੀਂ ਕਰਨੀ ਤੇ ਇਸ ਕਰਕੇ ਅਗਰ ਕਿਸੇ ਨੇ ਕਰਨਾ ਹੈਗਾ ਬਲਕਿ ਹਿੰਦੂ ਇੱਥੇ ਤੱਕ ਨਜ਼ਰ ਰੱਖਦੇ ਸੀ ਕਿ ਉਹਦੀ ਖੁਸ਼ਬੂ ਕਿਸੇ ਮੁਸਲਮਾਨ ਘਰ ਚੋਂ ਆਉਂਦੀ ਸੀ ਨਾ ਉਹਦਾ ਘਰਾਉ ਕਰ ਲੈਂਦੇ ਸੀ ਅੱਛਾ ਜੀ ਬਰ ਬਰ ਝਗੜਾ ਨਹੀਂ ਸੀ ਹੁੰਦਾ ਲੇਕਿਨ ਬਸ ਰੋਲਾ ਗੋਲਾ ਪੈ ਜਾਂਦਾ ਸੀ ਬੰਦੇ ਅੱਛਾ ਇਹ ਦੱਸੋ ਸਾਨੂੰ ਕਿ ਜਦੋਂ ਕੋਈ Eid ਬਕਰੀਦ ਹੁੰਦੀ ਸੀ ਜਾਂ ਉਹਨਾਂ ਦਾ ਕੋਈ ਦੀਵਾਲੀ ਜਾਂ ਕਿ ਸਿੱਖਾਂ ਦਾ ਕੋਈ ਸਾਰੇ ਦੀਵਾਲੀ ਦਸਹਿਰਾ ਇਹ ਉਹ ਸਭ ਮਨਾਉਂਦੇ ਸੀ ਸਭ ਮਨਾਉਂਦੇ ਸੀ ਮੁਸਲਮਾਨ ਜਿਹੜੇ ਹਰ ਮੁਹੱਲੇ 'ਚੋ ਤਾਜ਼ੀ ਨਿਕਲਦਾ ਸੀ ਹਰ ਮੁਹੱਲੇ 'ਚੋ ਤਾਜ਼ੀ ਇੱਕ ਵੀ ਸਾਡੇ ਮੁਹੱਲੇ 'ਚ ਸਾਡੇ ਇਡੇ ਡੇਰਾ ਵਸੇ 'ਚ ਇੱਕ ਵੀ ਇਹਨੇ ਤਸ਼ੀ ਨਹੀਂ ਸੀ ਲੇਕਿਨ ਹਰ ਮੁਹੱਲੇ 'ਚੋ ਤਾਜ਼ੀ ਨਿਕਲਦਾ ਸੀ ਅੱਛਾ ਇੱਕ ਰਿਵਾਇਤ ਉੱਥੋਂ ਦੀ ਪਈ ਸੀ ਮੈਂ ਇਹ ਜ਼ਰੂਰ ਜ਼ਿਕਰ ਕਰਾਂਗਾ ਕਿ ਮੁਸਲਮਾਨਾਂ ਨੇ ਆਪਣੇ ਰਾਜੇ ਤੋਂ ਸਿੱਖ ਰਾਜੇ ਤੋਂ ਮੰਡੀ ਵਾਲੀ ਮਸਜਿਦ ਦੇ ਵਿੱਚ ਮੁਸਲਮਾਨਾਂ ਵਾਸਤੇ ਤਾਲੀਮ ਜਿਹਦੇ ਵਿੱਚ ਉਰਦੂ ਹਿਸਾਬ ਸਿਵਾਏ ਅੰਗਰੇਜ਼ੀ ਤੋਂ ਹੂੰ ਇਹ ਮਨਜ਼ੂਰ ਕਰਵਾਇਆ ਕਿ ਪ੍ਰਾਇਮਰੀ ਪਾਸ ਉਦੋਂ ਪ੍ਰਾਇਮਰੀ ਜਿਹੜੀ ਹੈਗੀ ਐ ਉਹ ਚਾਰ ਜਮਾਤਾਂ ਤੋਂ ਬਾਅਦ ਪ੍ਰਾਇਮਰੀ ਪਾਸ ਹੋ ਜਾਂਦੀ ਸੀ ਉਸ ਤੋਂ ਬਾਅਦ ਫਿਰ ਸਰਕਾਰੀ ਸਕੂਲ ਚ ਜਾਇਦਾ ਸੀ ਉੱਥੇ ਅੰਗਰੇਜ਼ੀ ਪੜਾਈ ਜਾਂਦੇ ਸੀ ਇੱਥੇ ਅੰਗਰੇਜ਼ੀ ਨਹੀਂ ਸੀ ਪੜਾਈ ਜਾਂਦੀ ਲੇਕਿਨ ਹਿਸਾਬ ਉਰਦੂ ਕਲਾਮ ਮਜੀਦ ਹਦੀਸ ਪੜਾਇਆ ਜਾਂਦਾ ਠੀਕ ਹੈ ਤੁਸੀਂ ਉੱਥੇ ਜਦੋਂ 47 ਦੀ ਵੰਡ ਹੋਈ ਹੈ ਪੜ੍ਹਦੇ ਸੀ ਮੈਂ ਬਿਲਕੁਲ ਪੜ੍ਹਦਾ ਹਾਂ ਜੀ ਕਿੰਵੀਂ ਜਮਾਤ ਦੇ ਮੈਂ ਚੌਥੀ ਜਮਾਤ ਚੌਥੀ ਜਮਾਤ ਪਾਸ ਕਰ ਲਿੱਤੀ ਸੀ ਜੀ ਤੇ ਅਸੀਂ ਐ ਫਿਰ ਗਏ ਐ ਐ ਸਪ੍ਰਿੰਗ ਹੌਲਿਡੇਸ ਕਹਿ ਲਓ ਜਾਂ ਤੇ ਅਸੀਂ ਸਰਕਾਰੀ ਸਕੂਲ ਚ ਗਏ ਐ ਤੇ ਸਰਕਾਰੀ ਸਕੂਲ ਦੇ ਹੈਡਮਾਸਟਰ ਉਹਨਾਂ ਦਾ ਨਾਮ ਸੀ ਰਾਮ ਸਰੂਪ ਬਹੁਤ ਨੇਕ ਆਦਮੀ ਉਹਨਾਂ ਨੇ ਕਿਹਾ ਜੀ ਅਖੇ ਮੁਸਲਮਾਨ ਬੱਚੇ ਜਿਹੜੇ ਹੈਗੇ ਐ ਇਹ ਚੋਂ ਕਿ ਹਿੰਦੂਆਂ ਦੇ ਮਹੱਲੇ ਦੇ ਵਿੱਚ ਹੋ ਕੇ ਆਉਂਦੇ ਐ ਤੇ ਇਸ ਕਰਕੇ ਨਾ ਆਇਆ ਤੇ ਵਸੇ ਵੀ ਉਸ ਵਲੇ ਫਸਾਦ ਇਕਾ ਦੁਕਾ ਇਧਰ ਉਧਰ مختلف ਪਿੰਡਾਂ ਚ ਸ਼ੁਰੂ ਹੋ ਗਏ ਸੀ ਠੀਕ ਆਪਾਂ ਉਸ ਵੱਲ ਆਨੇ ਆ ਇਸ ਤੋਂ ਪਹਿਲੇ ਉੱਥੋਂ ਦੇ ਲੋਕਾਂ ਨੂੰ ਇਹ ਦਿਲਚਸਪੀ ਹੋਏਗੀ ਆ ਪੂਰੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਡੇਰਾ ਬੱਸੀ ਦੇ ਕਿ ਡੇਰਾ ਬੱਸੀ ਦੀਆਂ ਕੁਝ ਗੱਲਾਂ ਆਪਾਂ ਹੋਰ ਕਰ ਲਈਏ ਡੇਰਾ ਬੱਸੀ ਦੇ ਵਿੱਚ ਸਕੂਲ ਵੱਡਾ ਸਕੂਲ ਵੀ ਹੈ ਸੀ ਕੋ 10ਵੀਂ ਤੱਕ ਨਾ ਜੀ ਮਿਡਲ ਤੱਕ ਸੀ ਮਿਡਲ ਤੱਕ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਹੁੰਦਾ ਸੀ ਕਿ ਲਓ ਜੀ ਮਿਡਲ ਕਰ ਲੇਤਾ ਜੀ ਹੁਣ ਨਾਰਮਲ ਪਾਸ ਕਰੋ ਨਾਰਮਲ ਮਤਲਬ ਜਿਸ ਤਰ੍ਹਾਂ ਬਸ ਨਾਰਮਲ ਕਹਿੰਦੇ ਹੁੰਦੇ ਸੀ ਨਾਰਮਲ ਪਾਸ ਕਰ ਜਾਂ ਜਾਂ ਕਿਸੇ ਜਗ੍ਹਾ ਸੀ ਉਹ ਹੋ ਫਿਰ ਮਤਲਬ ਨਾਰਮਲ ਪਾਸ ਹੈ ਜਿਹੜਾ ਸੀ ਉਹ ਟੀਚਰ ਲੱਗ ਜਾਂਦਾ ਹੁੰਦਾ ਠੀਕ ਹੈ ਇਹ ਦੱਸੋ ਸਾਨੂੰ ਕਿ ਤੁਹਾਡੇ ਨਾਲ ਜਿਹੜੇ ਮੁੰਡੇ ਪੜ੍ਹਦੇ ਸੀ ਹਾਂਜੀ ਉਹਨਾਂ ਵਿੱਚ ਮੁਸਲਮਾਨਾਂ ਦੇ ਮੁੰਡੇ ਸੀ ਹਿੰਦੂਆਂ ਦੇ ਮੁੰਡੇ ਸੀ ਸਿੱਖਾਂ ਦੇ ਮੁੰਡੇ ਸੀ ਉਹਨਾਂ ਚੋਂ ਕੋਈ ਆਪਣੇ ਹਮ ਜਮਾਤੀਆਂ ਦੇ ਕੁਝ ਬੇਲੀਆਂ ਸੱਜਣਾ ਦੇ ਨਾਂ ਯਾਦ ਨੇ ਤੁਹਾਨੂੰ ਹਾਂਜੀ ਮੈਨੂੰ ਆਪਣੇ ਜਿਹੜੇ ਮੁਸਲਮਾਨ ਹੈਗੇ ਉਹਨਾਂ ਦਾ ਨਾਂ ਯਾਦ ਹੈਗਾ ਲੇਕਿਨ ਚੁੱਕ ਸਰਕਾਰੀ ਸਕੂਲ ਤੇ ਅਸੀਂ ਪਹਿਲੇ ਦਿਨ ਹੀ ਦੂਸਰੇ ਦਿਨ ਗਏ ਤੇ ਹੈਡਮਾਸਟਰ ਸਾਹਿਬ ਨੇ ਕਹਿਤਾ ਸੀ ਹੁਣ ਨਾ ਆਉਣਾ ਕਿਉਂਕਿ ਤੁਹਾਡੇ ਰਾਹ ਜਿਹੜਾ ਹੈਗਾ ਸਕੂਲ ਤੱਕ ਉਹ ਹਿੰਦੂਆਂ ਦੇ ਮਹੱਲੇ ਦੇ ਵਿੱਚੋਂ ਹੈ ਲੇਕਿਨ ਮੁਸਲਮਾਨਾਂ ਚੋਂ ਸਾਡੇ ਮੋਨੀਟਰ ਸੀ ਇੱਕ ਮੁਹੰਮਦ ਅਨੀਬ ਖੁਸ਼ਾਬ ਚੋਂ ਸੈਟਲ ਹੈਗੇ ਆ ਇੱਕ कुमार ब्रदररी चो से अब्दुल गफूर हम इंटेलिजेंट बहुत इंटेलिजेंट और बस दो दो या दो के नाम याद है गए वाकई ठीक है चौथी जमात तक ਤੁਸੀਂ ਉੱਥੇ ਪੜ੍ਹਦੇ ਪਏ ਸੀ ਹਾਂ ਜੀ ਮੰਡੀ ਵਾਲੀ ਮਸਜਿਦ ਚ ਮੰਡੀ ਵਾਲੀ ਮਸਜਿਦ ਚ ਚੌਥੀ ਜਮਾਤ ਤੱਕ ਪੜ੍ਹਿਆ ਮੈਂ ਮੰਡੀ ਵਾਲੀ ਮਸਜਿਦ ਇਹ ਮਸਜਿਦ ਦੇ ਵਿੱਚ ਸਕੂਲ ਬਣਿਆ ਸੀ ਹਾਂ ਜੀ ਮਸਜਿਦ ਦੇ ਵਿੱਚ ਮਸਜਿਦ ਦੇ ਵਿੱਚ ਹੀ ਅਲੱਦਾ ਕੁਛ ਕਮਰੇ ਸੀ ਕਿ ਕੁਛ ਮਸਜਿਦ ਦਾ ਹਿੱਸਾ ਲੈ ਕੇ ਉੱਥੇ ਪੜਾ ਦੇਂਦੇ ਹੁੰਦੇ ਸੀ ਉਹ ਸਿਰਫ ਮੁਸਲਮਾਨਾਂ ਦਾ ਸਕੂਲ ਸੀ ਹਾਂਜੀ ਸਿਰਫ ਮੁਸਲਮਾਨਾਂ ਦਾ ਸਕੂਲ ਸੀ ਹਾਂ ਹਾਂ ਸਿਰਫ ਮੁਸਲਮਾਨਾਂ ਦਾ ਸਕੂਲ ਸੀ ਜਿਸ ਸਕੂਲ ਦੀ ਤੁਸੀਂ ਗੱਲ ਕੀਤੀ ਜਿੱਥੇ ਰਾਮ ਸਰੂਪ ਹੈਡਮਾਸਟਰ ਸੀ ਹਾਂਜੀ ਉਹ ਕਿਹੜਾ ਸਕੂਲ ਸੀ ਉਹ ਸਕੂਲ ਸੀ ਸਰਕਾਰੀ ਸਕੂਲ ਜੀ ਉਹਦੇ ਤੁਸੀਂ ਚਲੇ ਗਏ ਸੀ ਹਾਂਜੀ ਉਹਦੇ ਚ ਸਾਰੇ ਚ ਚਲੇ ਗਏ ਕਿ ਅੱਗੇ ਅਸੀਂ ਪੰਜਵੀਂ ਪੰਜਵੀਂ ਛੋਟੀ ਯਾਨੀ ਮਿਡਲ ਤੱਕ ਉੱਥੇ ਉੱਥੇ ਹੀ ਪੜ੍ਹਨਾ ਹੈਗਾ ਤੁਸੀਂ ਪੰਜਵੀਂ ਦਾਖਲਾ ਲੈ ਲਿਆ ਸੀ ਉੱਥੇ ਜਾ ਕੇ ਦਾਖਲਾ ਦਾਖਲਾ ਮਿਲ ਗਿਆ ਸੀ ਛੁੱਟੀਆਂ ਤੋਂ ਪਹਿਲੇ ਜਾਂ ਛੁੱਟੀਆਂ ਦੇ ਦਰਮਿਆਨ ਤੁਹਾਨੂੰ ਰੋਕਿਆ ਸੀ ਮੇਂ ਛੁੱਟੀਆਂ ਸਪ੍ਰਿੰਗ ਹੌਲੀਡੇਜ਼ ਜਿਹੜੀਆਂ ਆ ਗਈਆਂ ਇਹਨਾਂ ਤੋਂ ਪਹਿਲਾਂ ਹੀ ਨਹੀਂ ਅਸੀਂ ਗਏ ਖਤਮ ਹੁੰਦੇ ਗਏ ਆ ਤੇ ਉਹਨਾਂ ਨੇ ਕਿਹਾ ਜੀ ਕਿਉਂਕਿ ਤੁਸੀਂ ਹਿੰਦੂਆਂ ਦੇ ਮਹੱਲੇ 'ਚ ਹੋਰ ਕਿਉਂਕਿ ਫਸਾਦ ਸ਼ੁਰੂ ਹੋ ਗਏ ਹੈਗੇ ਤੇ ਇਸ ਕਰਕੇ ਆ ਨਾ ਆਇਆ ਕਰਨ ਅਗਰ ਆਣਾ ਆਣਾ ਕਿਸੇ ਨੇ ਆਪਣੀ ਜ਼ਿੰਮੇਵਾਰੀ ਤੇ ਆਉਣਾ ਉਹਨਾਂ ਦਿਨਾਂ ਹੀ ਤੁਸੀਂ ਪਾਕਿਸਤਾਨ ਦਾ ਜ਼ਿਕਰ ਕਿਤੇ ਸੁਣ ਲਿਆ ਸੀ ਵੀ ਪਾਕਿਸਤਾਨ ਬਣਦਾ ਪਿਆ ਮੁਸਲਮਾਨਾਂ ਦਾ ਇਕਲੈਦਾ ਮੁਲਕ ਹੋਏਗਾ ਕੋ ਗੱਲ ਚਲਦੀ ਹੁੰਦੀ ਸੀ ਤੁਹਾਨੂੰ ਜਾ ਕੇ ਕੁਝ ਕੁਝ ਲੜਕੇ ਨੌਜਵਾਨ ਲੜਕੇ ਜਿਹੜੇ ਹੈਗੇ ਆ ਉਹ ਇਹ ਚੀਜ਼ ਕਰ ਦਿੰਦੇ ਉਦੋਂ ਪਾਕਿਸਤਾਨ ਦਾ ਮਤਲਬ ਲਾ ਇਲਾਹ ਕੋਈ ਕਿਸੇ ਨੇ ਨਹੀਂ ਸਕਿਆ ਹਮ ਲੈ ਕੇ ਰਹਿਣਗੇ ਪਾਕਿਸਤਾਨ ਲੈ ਕੇ ਰਹਿਣਗੇ ਪਾਕਿਸਤਾਨ ਬਸ ਇਹ ਸੀ ਇਹ ਨਾਰਾ ਲੰਦੇ ਸੀ ਇਹ ਨਾਰਾ ਲੱਗਦਾ ਸੀ ਮੁਸਲਮਾਨਾਂ ਦੇ ਵਿੱਚ ਆਮ ਮੁਸਲਮਾਨ ਜਿਹੜੇ ਨੇ ਉਹਨਾਂ ਵਿੱਚ ਵੀ ਇਹ ਗੱਲ ਹੈ ਸੀ ਕਿ ਅਸੀਂ ਪਾਕਿਸਤਾਨ ਇਕਲੇ ਦਾ ਮੁਲਕ ਬਣਾਣਾ ਹੈ ਜਿਹੜਾ ਸਿਰਫ ਮੁਸਲਮਾਨਾਂ ਦਾ ਹਾਂਜੀ ਅਸੀਂ ਸੁਣ ਰਿਹਾ ਸੀ ਬਿਲਕੁਲ ਬਿਲਕੁਲ ਸੁਣ ਕੇ ਪਾਕਿਸਤਾਨ ਪਾਕਿਸਤਾਨ ਬਣ ਰਿਹਾ ਜੀ ਅੱਲਾ ਦਾ ਮੁਸਲਮਾਨਾਂ ਵਾਸਤੇ ਅੱਲਾ ਦਾ ਮੁਲਕ ਬਣ ਰਿਹਾ ਹੈ ਠੀਕ ਔਰ ਕਾਇਦ ਆਜ਼ਮ ਦੇ ਉਹਦੇ ਕਾਇਦ ਆਜ਼ਮ ਦੀ ਉਹਦੇ ਚ ਕਾਹਨ ਚ ਉਹ ਹੋਛੇ ਚ ਬਣ ਰਹੀ ਮੁਹੰਮਦਲੀ ਜਨਾਬ ਹਾ ਜੀ ਮੁਹੰਮਦ ਅਲੀ ਜਾਨ ਹਿੰਦੂ ਮੁੰਡਿਆਂ ਨਾਲ ਕਦੇ ਇਸ ਮੌਜੂਦੇ ਇਸ ਟਾਪਿਕ ਤੇ ਤੁਹਾਡੀ ਗੱਲ ਵੀ ਹੁੰਦੀ ਸੀ ਕੋਈ ਨਾ ਜੀ ਇੰਨਾ ਸ਼ੌਹਰ ਹੀ ਨਹੀਂ ਸੀ ਕਿ ਬੱਚੇ ਬੱਚੇ ਬਸ ਹੁਣ ਮੈਂ ਮੈਂ ਪ੍ਰਾਇਮਰੀ ਪਾਸ ਨੂੰ ਕੀ ਪਤਾ ਕਿ ਕੀ ਨਹੀਂ ਹੈ ਬਿਲਕੁਲ ਬਿਲਕੁਲ ਸਹੀ ਹੈ ਕਈਆਂ ਕਈਆਂ ਮੁਸਲਮਾਨਾਂ ਨੂੰ ਤੇ ਇਹ ਨਹੀਂ ਸੀ ਪਤਾ ਕਿ ਪਾਕਿਸਤਾਨ ਪਾਕਿਸਤਾਨ ਜਾਣਾ ਜੀ ਕਿਸੇ ਨੂੰ ਪੁੱਛੀ ਪਾਕਿਸਤਾਨ ਹੈ ਕਿੱਧਰ ਹੈ ਮਸ਼ਰਕ ਵਾਲੇ ਪਾਸੇ ਹੈ ਮਗਰਬ ਵਾਲੇ ਪਾਸੇ ਹੈ ਕਿਸ ਪਾਸੇ ਹੈ ਕੋਈ ਪਤਾ ਨਹੀਂ ਸੀ ਠੀਕ ਅੱਛੇ ਇਹ ਦੱਸੋ ਹੁਣ ਫਿਰ ਆਪਾਂ ਚੱਲੀਏ ਪਾਕਿਸਤਾਨ ਦੀ ਗੱਲ ਵੱਲ ਜਦੋਂ ਹਿਜਰਤ ਹੋਈ ਹੈ ਜਾਂ ਦਰਮਿਆਨ ਚ ਕੋਈ ਹੋਰ ਵਾਕਿਆ ਹੈ ਆਪਣੇ ਸੁਣਾਣਾ ਮੈਂ ਹੀ ਸ਼ੁਰੂ ਕਰ ਦਿੰਦਾ ਜੀ ਸੁਣਾ ਦਿਓ ਬਸ ਮੇਰੇ ਵਾਲਦ ਸਾਹਿਬ ਪਹੁੰਚੇ ਜੀ 27 ਮੀ ਰਾਤ ਨੂੰ ਲਾਹੌਰ ਤੋਂ ਆਪਣੇ ਕਸਬੇ ਪਹੁੰਚੇ ਇੱਥੇ ਹੁਣ ਤੁਸੀਂ ਸਾਨੂੰ ਇਹ ਦੱਸ ਦਿਓ ਕਿ ਤੁਹਾਡੇ ਵਾਲਦ ਸਾਹਿਬ ਜਿਹੜੇ ਨੇ ਲਾਹੌਰ ਵਿੱਚ ਨੌਕਰੀ ਕਰਦੇ ਸੀ ਹਾਂਜੀ ਆਪਣੀ ਸੁਣਨ ਵਾਲਿਆਂ ਤੇ ਇਹ ਦੱਸਣਾ ਨਾ ਆਪਾਂ ਕਿ ਜਿਹੜੇ ਤੁਹਾਡੇ ਵਾਲੇ ਸਾਹਿਬ ਸੀ ਉਹ ਲਾਹੌਰ ਨੌਕਰੀ ਕਰਦੇ ਸੀ ਕਿ ਕਾਦੇ ਵਿੱਚ ਨੌਕਰੀ ਕਰਦੇ ਸੀ ਆਰਮੀ 'ਚ ਆਰਮੀ ਦਾ ਕਿ ਆਰਮੀ 'ਚ ਐਂਬੂਲੈਂਸ ਡਰਾਈਵਰ ਸੀਗਾ ਜੀ ਹਸਪੀਟਲ ਦੇ ਵਿੱਚ ਹਾਂਜੀ ਆਈ ਐਮ ਐਚ ਉਸ ਵੇਲੇ ਆਈ ਐਮ ਐਚ ਕਹਿਲਵਾਂਗਾ ਸੀ ਇੰਡੀਅਨ ਮਿਲਟਰੀ ਹਸਪੀਟਲ ਲਾਹੌਰ ਔਰ ਇਹਨਾਂ ਦਾ ਇੱਕ شاਗਿਰਦ ਹਰ ਡੇਰਾ ਬਸੀਦਾ ਇਹ ਬਲਵੰਤ ਸਿੰਘ ਸਿੱਖਾਜੋ ਯਾਨੀ ਚਮੜੇ ਦਾ ਯਾਨੀ ਚਮਾਰ ਕਹ ਲੋ ਉਹ ਵੀ ਨਾਲ ਹੀ ਸੀ ਉਹੀ ਰਿਲੀਜ਼ ਹੋ ਗਿਆ ਅੱਬਾ ਜੀ ਨੂੰ ਵੀ ਰਿਲੀਜ਼ ਕਰਤਾ ਤੇ ਆਪਣੇ ਘਰ ਚਲੇ ਗਏ ਅੱਛਾ 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 ਇਹ ਚਲੇ ਗਏ ਇਸ ਲਈ ਇੱਕ ਗੱਲ ਚੱਲੀ ਵੀ ਸਾਰੇ ਮੁਸਲਮਾਨਾਂ ਨੇ ਇਧਰ ਨੂੰ ਆਣੇ ਆ ਇਧਰੋਂ ਸਿੱਖਾਂ ਨੇ ਉਧਰ ਜਾਣਾ ਜੀ ਜੀ ਹਿੰਦੂਆਂ ਨੇ ਸਿੱਖਾਂ ਨੇ ਉਧਰ ਜਾਣਾ ਜੀ ਜੀ ਉਸ ਵੇਲੇ ਤੁਹਾਡੇ ਬਾਲ ਸਾਹਿਬ ਜਿਹੜੇ ਕਿ ਬਰਕਤ ਅਲੀ ਸਾਹਿਬ ਜੀ ਜੀ ਮੋਟਰ ਡਰਾਈਵਰ ਹਾਂਜੀ ਮਿਲਟਰੀ ਹਸਪੀਟਲ ਲਾਹੌਰ ਚੋਂ ਇਹਨਾਂ ਨੂੰ ਛੁੱਟੀ ਮਿਲ ਗਈ ਜੀ ਜੀ ਇਹ ਵਾਪਸ ਤੁਹਾਡੇ ਕਸਬੇ ਚਲੇ ਗਏ ਹਾਂ ਜੀ ਆਪਣੇ ਘਰ ਪਹੁੰਚ ਗਏ ਆ ਠੀਕ ਹੈ ਜੀ ਹੁਣ ਅੱਗੇ ਗੱਲ ਸੁਣਾਓ ਸਾਨੂੰ ਸਾਰੀ ਉਸ ਤੋਂ ਬਾਅਦ 4 ਤਾਰੀਖ 4 ਈਦ-ਉਲ-ਫਤਰ ਨੂੰ ਸਾਨੂੰ ਕਿਹਾ ਜੀ ਬਾਹਰ ਲੈ ਰਵਸੇ ਘਰ ਲਈ ਕਰਦੇ तकरीबन 22 23 ਅਗਸਤ 1947 ਬਣਦਾ ਜੀ ਇਹ ਹਾਂ ਜੀ ਤੇ ਇਹ ਅਸੀਂ ਸਾਡੇ ਅਨਸਾਰੀਆਂ ਦੀ ਮਸਜਿਦ ਸੀ ਹੂੰ ਮਸਜਿਦ ਦੇ ਬਾਹਰਲੇ ਪਾਸੇ ਬਾਹਰ ਖੁੱਲਾ ਮੈਦਾਨ ਸੀ ਉੱਥੇ ਸਾਡਾ ਟੈਂਟ ਲੱਗਾ ਟੈਂਟ ਲੱਗਾ ਤੇ ਅ ਬਸ ਉੱਥੇ ਗੁਜ਼ਾਰਾ ਕਰੀਦਾ ਸੀ ਤੇ ਉੱਥੇ ਪਤਾ ਨਹੀਂ ਮੇਰੇ ਖਿਆਲ ਸਤ ਦਿਨ ਰਹੇ ਜਾਂ 8 ਦਿਨ ਰਹੇ ਤੇ ਸਾਨੂੰ ਆ ਕੇ ਘੇਰਾ ਪਾਲਤਾ ਪਟਿਆਲੇ ਵਾਲੇ ਦੀ ਮਿਲਟਰੀ ਨੇ ਮਹਾਰਾਜਾ ਪਟਿਆਲੇ ਵਾਲੇ ਦੀ ਮਿਲਟਰੀ ਅੱਛਾ ਜੀ ਤੁਸੀਂ ਆਪਣੀ ਡੇਰਾ ਬੱਸੀ ਚੇਜੇ ਬੈਠੇ ਸੀ ਯਾਨੀ ਅਸੀਂ ਟੈਂਟ ਲੱਗੇ ਹੋਏ ਆ ਤੇ ਮਿਲ ਮਿਲਟਰੀ ਸਿੱਖ ਮਿਲਟਰੀ ਜ਼ਿਆਦਾ ਆ ਗਈ ਉਹ ਹੀ ਆਈ ਹੈ ਤੇ ਉੱਥੇ ਅਸੀਂ 7-8 ਦਿਨ ਰਹੇ ਆ ਤੇ ਮੁਸਲਮਾਨਾਂ ਕੋਲੋਂ ਹਰ ਕਿਸਮ ਦਾ ਹਥਿਆਰ ਹਰ ਕਿਸਮ ਦਾ ਹਥਿਆਰ ਹੱਥਾਂ 'ਕ ਐਨਕ ਚਾਕੂ ਵੀ ਸੀ ਨਾ ਉਹ ਵੀ ਖੋਲਤਾ ਕਹਿੰਦੇ ਜਮ੍ਹਾਂ ਕਰਾ ਦਿਓ ਵਰਨਾ ਤੇ ਉੱਥੇ ਜਦੋਂ ਅਸੀਂ 7-8 ਦਿਨ ਰਹੇ ਆ ਜਮ੍ਹਾਂ ਕਰਾ ਦਿਓ ਵਰਨਾ ਪੂਰੀ ਗੱਲ ਕਰਨਾ ਅ ਮਤਲਬ ਸਾਢੇ ਕੋ ਜਮ੍ਹਾਂ ਕਰਾ ਦਿਓ ਔਰ ਵਰਨਾ ਫਿਰ ਜ਼ਾਹਿਰ ਹੈ ਵਰਨਾ ਤੁਸੀਂ ਜੁਰਮਦਾਰ ਹੋਵੋਗੇ ਹਾਂ ਮਾਰਾਂਗੇ ਜਾਂ ਹੋਰ ਕੋਈ ਚੀਜ਼ ਕਰਾਂਗੇ ਠੀਕ 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 ਤੇ ਜਦ ਉੱਥੇ ਜਦ ਜਿਹੜਾ ਸੀ 8-10 ਦਿਨ ਰਹੇ ਆ ਕਦੇ بارش ਹੋ ਜਾਂਦੀ ਸੀ ਕਦੇ ਨਹੀਂ ਸੀ ਹੁੰਦੀ ਤੇ ਸਾਨੂੰ ਫਿਰ ਹੁਕਮ ਹੋਇਆ ਕਿ ਤੁਹਾਨੂੰ ਡੇਰਾ ਬਸੀ ਤੋਂ ਚੰਡੀਗੜ੍ਹ ਵੱਲ ਅੰਬਾਲੇ ਵੱਲ ਨਹੀਂ ਚੰਡੀਗੜ੍ਹ ਵੱਲ ਨੂੰ ਮੁਬਾਰਕਪੁਰ ਤੁਹਾਡਾ ਕੈਂਪ ਲੱਗਿਆ ਤੇ ਉੱਥੇ ਲੈ ਜਾਣਾ ਤੇ ਸ਼ਾਮ ਦਾ ਵਕਤ ਸੀ ਤੇ ਸ਼ਾਮ ਦਾ ਵਕਤ ਸੀ ਤੇ ਸਿੱਖ ਮਿਲਟਰੀ ਨੇ ਮਸ਼ੀਨ ਕਰਨਾ ਜੋੜੀਆਂ ਸੀ ਤੇ ਉਸ ਵੇਲੇ ਜਿਹੜਾ ਉਹਨਾਂ ਨੇ ਲਫ਼ਜ਼ ਕਹੇ ਹੈ ਨਾ ਮੈਨੂੰ ਮੈਨੂੰ ਯਾਦ ਹੈ ਗਿਆ ਕਹਿੰਨਗੇ ਭਾਈ ਇਹ ਤਾਂ ਬਸ 10-15 ਮਿੰਟ ਦੀ ਬਾਤ ਹੈ ਸਾਡੇ ਆਪਣੇ ਲਹਿਜੇ 'ਚ ਉਹਨਾਂ ਨੇ ਕਿਹਾ ਇਹ ਤਾਂ 10 10-15 ਮਿੰਟ ਦੀ ਬਾਤ ਹੈ ਦਾਣੇ ਦਾਣੇ ਕੀ ਤਰਫ ਮਨੇ ਭੁੰਨ ਭੁੰਨ ਦੇ ਪੂਰੇ ਪੂਰੇ ਦੇ ਪੂਰੇ ਕਾ ਪੂਰੇ 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 ਮੈਂ 4-5000 ਯਾਨੀ ਜਾਂ 3-4000 ਜਿੰਨਾ ਵੀ ਸੀ ਇਹ ਐਂ ਦਾਣੇ ਵਾਂਗੂ ਭੁੰਨ ਦੇ ਆ ਤੇ ਮੇਰੇ ਅੱਬਾ ਜੀ ਆਪਣੇ ਬਰਾਦਰੀ ਚ ਯਾਨੀ ਸਭ ਤੋਂ ਵੱਡੇ ਸੀਗੇ ਮੈਨੂੰ ਉਹ ਵਾਕਿਆ ਯੀ ਭੁੱਲਾ ਨਹੀਂ ਹੈਗਾ ਕਿ ਮੇਰੀ ਕਜ਼ਨਸ ਆ ਕੇ ਭਜਨ ਹੋ ਜਫੀ ਭਾ ਲਈ ਜਾ ਕੇ ਕਿਹਾ ਤਾਇਆ ਜੀ ਸਾਨੂੰ ਆਪਣੇ ਹੱਥੀ ਵੜਦੇ ਹੋ ਤੁਸੀਂ ਸਾਡਾ ਪਤਾ ਨਹੀਂ ਬਾਤ ਚ ਕੀ ਹੋ ਕੀ ਕੁਛ ਹੋਣਾ ਹੈਗਾ ਉਹ ਮੈਨੂੰ ਭੁੱਲਦਾ ਨਹੀਂ ਹੈਗਾ ਅਜੇ ਤੱਕ ਮੈਨੂੰ ਨਹੀਂ ਭੁੱਲਦਾ ਕਿ ਸਾਨੂੰ ਆਪਣੇ ਹੱਬਾ ਤੇ ਔਰ ਸਾਹਮਣੇ ਖੇਤਾਂ ਚ ਸਿੱਖ 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 ਯਾਨੀ ਤਲਵਾਰਾਂ ਲਈ ਫਿਰ ਰਹੇ ਵਰਸ਼ੀਆਂ ਲਈ ਫਿਰ ਰਹੇ ਭਾਲੇ ਲਈ ਫਿਰ ਰਹੇ ਤੇ ਐਨੇ ਨੂੰ ਅਜੇ ਇਹ ਕੀਲ ਗੱਲਬਾਤ ਹੋ ਹੀ ਰਹੀ ਹੈ ਨਾਜ਼ੁਕ ਮਰਹਮ ਇਹ ਇਹ ਤਾਂ ਮਿੰਟਾਂ ਦੀ ਬਾਤ ਹੈ 10 ਮਿੰਟਾਂ 10 ਮਿੰਟਾਂ ਮ 15 ਮਿੰਟਾਂ ਮ ਹਮਨੇ ਭੁੰਨ ਕੇ ਰੱਖ ਦੇਣੇ ਤੇ ਅਜੇ ਪਤਾ ਨਹੀਂ ਕਿ ਉਹ ਗੈਬੀ ਤਾਕਤ ਆਈ ਹੈ ਕੋਈ ਹੋਰ ਚੀਜ਼ ਆਈ ਹੈ ਚੰਡੀਗੜ੍ਹ ਵੱਲੋਂ ਇੱਕ ਅੰਗਰੇਜ਼ ਆ ਰਿਹਾ ਹੈਗਾ ਅੰਗਰੇਜ਼ ਦੇ ਨਾਲ ਮੁਸਲਮਾਨ ਫੌਜੀ ਕਹਿੰਨਗੇ ਇਹ ਕਿੱਧਰ ਜਾਏਗਾ ਕਾਫਲਾ ਕਹਿੰਨਗੇ ਜੇ ਇਹ ਤਾਂ ਮੁਬਾਰਕਪੁਰ ਜਾਏਗਾ वहां पे ਕੈਂਪ ਲਗਾ ਹੋਇਆ ਹੈ कैंप लगा हुआ है वहां पे इनको ले जान हूं उधर मत जाना इन सबको मार देंगे वो तो कत्ल कर देंगे सिख ही सिख गिर रहा है आगे मैं मैं अंबाला जाता हूं और वहां से मैं मुसलमान मिलिट्री भेजता हूं ते कोई आज 10 या 15 मिनट गुजरे होने पता नहीं गैबी ताकत आ गई या की चीज आ गई एन ने आवाज शोरगौवा उठ खड़े हो वो ब्लोच रेजिमेंट आ गई ब्लोच रेजिमेंट आ गई ब्लोच रेजिमेंट आ गई ब्लोच ਪਤਾ ਨਹੀਂ ਉਹਨਾਂ ਦੇ ਕੋਲ ਕੀ ਚੀਜ਼ ਸੀ ਜਾਂ ਜਜ਼ਬਾ ਸੀ ਜਾਂ ਕੀ ਸੀ ਉਹਨਾਂ ਨੇ ਆਉਂਦੇ ਜਨਾਬ ਕਮਿਲਟਰੀ ਦੇ ਜਿਹੜੇ ਮਸ਼ੀਨ ਕਰਨਾ ਜੋੜੀਆਂ ਸੀਗਾ ਆ ਬੈਂਚ ਚ ਜਲ ਉਠਾਓ ਇਸਕਾ ਸਭ ਕੋ ਔਰ ਚਲੋ ਕਾਖਲੇ ਕੋ ਮਬਾਰਕਪੁਰ ਛੋੜ ਕੇ ਆਓ ਮੂਜਾ 10 15 ਮਿੰਟ ਪਹਿਲਾਂ ਇਹ ਰਹਾਦੇ ਸੀ ਉਹਨਾਂ ਦੇ ਤੇ ਉਹ ਜਨਾਬ ਆਪਣੇ ਨਾਲ ਨਾਲ ਲਿਜਾ ਕੇ ਬਲੋ ਅਰੇਜਮੈਂਟ ਆ ਗਈ ਬਲੋ ਅਰੇਜਮੈਂਟ ਆ ਗਈ ਬਲੋ ਅਰੇਜਮੈਂਟ ਆ ਗਈ ਤੇ ਅਸੀਂ ਉੱਥੇ ਮੁਬਾਰਕਪੁਰ ਕੈਂਪ ਦੇ ਵਿੱਚ ਅਸੀਂ 17 ਦਿਨ ਰਹੇ ਆਂ ਔਰ ਕਦੇ بارش ਹੋ ਜਣੀ ਕਦੇ ਨਾ ਹੋਣੀ ਤੇ ਉੱਥੇ ਅਸੀਂ ਸਾਡੇ ਆਪਣੇ ਅੰਮੜਾਲੇ ਵਾਲੇ ਜ਼ਵਾਂਚ ਤੇ ਉਹਨੂੰ ਉਪਨਵਾੜ ਕਹਿੰਦੇ ਆਂ ਹਮ ਹਮ ਤੇ ਇਹ ਖੁਦ ਰੋਪ ਹੁੰਦਾ ਠੀਕ ਹੈ ਜੀ ਇਹ ਜਿਸਾ ਉਹਦੇ ਹੁੰਦੇ ਨਾ ਜੀ ਯਕੀਨਾ ਦਾ ਅ ਮੇਥੀ ਦੇ ਪੱਤੇ ਹਾਂਜੀ ਹਾਂਜੀ ਇਹ ਆਮ ਖੇਤਾਂ 'ਚ ਵੀ ਹੁੰਦਾ ਤੇ ਜਿੱਥੇ ਗੰਦ ਹੋਵੇ ਉੱਥੇ ਵੀ ਹੁੰਦਾ ਹੈਗਾ ਠੀਕ ਹੈ ਤੇ ਉਹ ਫੇਰ ਤੋੜਨਾ ਤੋੜ ਕੇ ਆਟੇ 'ਚ ਮਲਾਉਣਾ ਤੇ ਬਸ ਰਾਸ਼ਨ ਵਿੱਚ ਉੱਥੇ 17 ਦਿਨ ਰਹੇ ਹਨ ਲੇਕਿਨ ਉੱਥੇ ਕੋਈ ਕੈਜੂਐਲਟੀ ਨਹੀਂ ਹੋਈ ਕੋਈ ਕੋਈ ਮਰਿਆ ਨਹੀਂ ਹੈਗਾ 17 ਦਿਨ ਉੱਥੇ ਰਹ ਰਹੇ ਆ ਤੁਸੀਂ ਮੁਬਾਰਕਪੁਰ ਦੀ ਗੱਲ ਕਰ ਰਹੇ ਹੋ ਮੁਬਾਰਕਪੁਰ ਮੁਬਾਰਕਪੁਰ ਅੰਗਰੇਜ਼ੀ ਅਮਲਦਾਰੀਚ ਸੀ ਤੁਸੀਂ ਆਪਣੇ ਪਿੰਡ ਡੇਰਾ ਬੱਸੀ ਤੋਂ ਮੁਬਾਰਕਪੁਰ ਆ ਗਏ ਹਾਂਜੀ ਡੇਰਾ ਬਸੀ ਤੋਂ ਬਾਹਰ ਨਿਕਲ ਕੇ ਜਦੋਂ ਤੁਸੀਂ ਟੈਂਟ ਲਾਏ ਸੀ ਮੇਰਾ ਖਿਆਲ ਹੈ ਬ ਯਾਦ ਨਹੀਂ ਹੈ ਅਛੀ ਤਰ੍ਹਾਂ ਮੈਂ ਖਲਾ 7-8 ਦਿਨ ਜਾਂ 7-8 ਦਿਨ ਜ਼ਿਆਦਾ ਜ਼ਿਆਦਾ 7-8 ਦਿਨ ਰਹੇ ہیں بس ਉੱਥੋਂ ਤੁਹਾਨੂੰ ਬਲੋਚ ਰਜiment ਲੈ ਕੇ ਮੁबारकपुर आई हां जी ਉਹਦੇ ਵਾਕੇ ਹੋ ਗਿਆ ਨਾ ਕਿ ਜਿਸ ਦਿਨ ਉਹਨਾਂ ਦਾ ਸੀ ਕਿ ਚਲੋ ਚਲੋ ਇਹ ਸਤੋਂ ਪਹਿਲਾਂ ਫਾਇਰ ਖੋਲ ਲੈਣਾ ਸੀ ਨਾ ਜੀ ਇਹਨਾਂ ਨੇ ਭਈ ਚੱਲਣਾ ਸੀ ਫੇ ਲੋਟੋ ਮਾਰ ਕਰਨੀ ਸੀ ਉਹਨਾਂ ਨੇ ਹੋਰ ਚੀਜ਼ਾਂ ਕਰਨੀਆਂ ਸੀ ਤੇ ਮੁਬਾਰਕਪੁਰ 17 ਦਿਨ ਰਹੇ 17 ਦਿਨ ਦਿਨ ਸਾਨੂੰ ਬਸ ਕੁਝ ਨਹੀਂ ਰਾਸ਼ਨ ਮਿਲਦਾ ਸੀ 1.5 ਟਾਂਕ ਆਟਾ ਠੀਕ ਹੈ ਫੀ ਕਸ 1.5 ਟਾਂਕ ਆਟਾ ਮਿਲਦਾ ਸੀ ਮਿਲ ਗਿਆ ਮਿਲ ਗਿਆ ਨਹੀਂ 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 ਤੇ ਮਿਲਟਰੀ ਨੇ ਹਿੰਦੂ ਸਿੱਖ ਮਿਲਟਰੀ ਸੀ ਉਹਨਾਂ ਨੇ ਕਿ ਚਲੋ ਜਾਓ 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 1.5 ਟਾਂਕ ਆਟਾ ਪੂਰੇ ਦਿਹਾੜੇ ਦਾ ਮਿਲਦਾ ਸੀ ਪੂਰੇ ਇੱਕ ਦਿਨ ਦਾ ਇੱਕ ਦਿਨ ਦਾ 1.5 ਟਾਂਕ ਆਟਾ ਉਹ ਦਿਨਾਂ ਗੁਜ਼ਾਰਾ ਹੋ ਜਾਂਦਾ ਸੀ ਉਹਦੇ ਨਾਲ ਬਸ ਗੁਜ਼ਾਰਾ ਕੀ ਜੀ ਬਸ ਕਈ ਜਗ੍ਹਾ ਇਸ ਤਰ੍ਹਾਂ ਹੁੰਦਾ ਸੀ ਕਿ ਕਿਕਰ ਕਿਕਰ ਦੇ ਦਰਖਤਾਂ ਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਇਸ ਤਰ੍ਹਾਂ ਇੱਕ ਤੁਕਲ ਜਿਹਾ ਹੁੰਦਾ ਗੋਲ ਜਿਹਾ ਹਾਂਜੀ ਉਹ ਤੁਕਲ ਜਿਹਾ ਤੋੜ ਤੋੜਨਾ ਤੇ ਤਵੇ ਦੇ ਉੱਤੇ ਉਹਨੂੰ ਭੁੰਨ ਕੇ ਉਹ ਖਾ ਲੈਣਾ ਰੋਟੀ ਦੇ ਨਾਲ ਕਿਕਰ ਦੇ ਤੁੱਕੇ ਹੁੰਦੇ ਨੇ ਤੁੱਕੇ ਫਲੀਆਂ ਹੁੰਦੀਆਂ ਨਹੀਂ ਕਿਕਰ ਦੇ ਦਰਖਤ ਨਾਲ ਦੇਖਿਆ ਹੋਣਾ ਤੁਸੀਂ ਇੱਕ ਇੱਕ ਤੇ ਕੰਡਾ ਹੁੰਦਾ ਨਾ ਜੀ ਇੱਕ ਨਾਲ ਹੀ ਉਹਦੇ ਇੱਕ ਸੱਕਾ ਸੱਕ ਹੁੰਦਾ ਸੱਕ ਹਾਂਜੀ ਉਹਦੇ ਚਮੜਾ ਕਹਿ ਲੋ ਸੱਕ ਕਿਕਰ ਦੀ ਛਿੱਲ ਨਹੀਂ ਛਿੱਲ ਨਹੀਂ ਨੇ ਹਾਂ ਉਹ ਤਾਂ ਇਹ 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 ਐਨਾ ਕੁ ਗੋਲ ਜਿਹਾ ਹੁੰਦਾ ਗੂੰਦ ਗੁੰਦਰ ਕਹਿ ਲੋ ਗੂੰਦ ਵੀ ਨਹੀਂ ਗੂੰਦ ਉਹਦੇ ਵਿੱਚੋਂ ਨਿਕਲਦਾ ਹੋਏਗਾ ਕਿਤੇ ਹਾਂ ਹਾਂ ਚਲੋ ਮਾਸਾ ਉਹ ਖਾਣਾ ਕਿਕਰ ਦਾ ਤੁਸੀਂ ਕੁਛ ਹਿੱਸਾ ਤੋੜ ਕੇ ਹਾਂਜੀ ਖਾ ਲਿੰਦੇ ਸੀ ਜਿਨ੍ਹਾਂ ਕੋਲ ਜਿਨ੍ਹਾਂ ਨੇ ਕੋਈ ਆਪਣੇ ਅ ਆਪਣਾ ਦਾਲ ਦਾਲ ਪੂਜੀ ਹੋਈ ਹੈਗੀ ਇਹ ਜਾਂ ਕਿ ਹੋਰ ਖਾਣੇ ਦੀ ਚੀਜ਼ ਹੈਗੀ ਉਹ ਆਪਣੇ ਸਾਇ ਸੀ ਲੇਕਿਨ 17 ਦਿਨ ਦੇ ਵਿੱਚ ਉਹ ਵੀ ਉਹਨਾਂ ਕੋ ਖਤਮ ਹੋ ਗਏ ਸਾਡੇ ਕੋਲ ਵੀ ਖਤਮ ਹੋ ਗਿਆ ਸੀ ਬਸ ਫਿਰ ਰਾਸ਼ਨ ਤੇ گزارਾ ਹੁੰਦਾ ਸੀ ਤੇ 17 ਦਿਨ ਤੋਂ ਬਾਅਦ ਅਸੀਂ ਉੱਥੋਂ ਚੱਲੇ ਆ ਜੀ ਫਿਰ ਵਾਪਸ ਅ ਅੰਬਾਲਾ कॅम्प ਲੱਗਿਆ ਸੀ ਠੀਕ ਹੈ ਅੰਬਾਲਾ ਕੈਂਪ ਸ਼ਹਿਰੋਂ ਬਾਹਰ ਯਾਨੀ ਕੈਂਪ ਲੱਗਿਆ ਸੀ ਤੇ ਮੁਬਾਰਕ ਮੁਰਤੋਂ ਅੰਬਾਲਾ ਸ਼ਹਿਰ ਜਿਹੜਾ ਸੀ ਇਹ ਕੋਈ 25 ਕਿਲੋਮੀਟਰ ਨਹੀਂ ਬਲਕਿ 25 24 25 ਮੀਲ ਸੀ ਠੀਕ ਹੈ ਪੈਦਲ ਚੱਲੇ ਆਂ ਅਸੀਂ ਹਾਂ 4-5000 ਦਾ 8-10000 ਦਾ 8-10000 ਦਾ ਨਹੀਂ 5-6000 ਦਾ ਪੈਦਲ ਚੱਲੇ ਆਂ ਔਰ ਸ਼ਾਮ ਨੂੰ ਅਸੀਂ ਪਹੁੰਚੇ ਹਾਂ ਉੱਥੇ ਇੱਕ ਜਗ੍ਹਾ ਲੜੂ ਜਗ੍ਹਾ ਲੜੂ ਜਗ੍ਹਾ ਉਹਨਾਂ ਨੇ ਕਿਹਾ ਜੀ ਇੱਥੇ ਤੁਹਾਡੀ ਗਿਣਤੀ ਕਰਨੀ ਹੈ ਅਸੀਂ ਫਿਰ ਅਸੀਂ ਅੰਮੜੇ ਕੈਂਪ ਚ ਪਹੁੰਚਣਾ ਹੈਗਾ ਲੇਕਿਨ ਸਾਹਮਣੇ ਨਜ਼ਰ ਆ ਰਿਹਾ ਸੀ ਕਿ ਸਿੱਖ ਹਿੰਦੂ ਸਿੱਖ ਨਹੀਂ ਨੇਜ਼ੇ ਪਹਲੇ ਤਲਵਾਰਾਂ ਤੇ ਇਹ ਤੇ ਉੱਥੇ ਫਿਰ ਕੁਝ ਹਮਲਾ ਵੀ ਕੀਤਾ ਕੁਝ ਬੱਚੀਆਂ ਨੂੰ ਆ ਯਾਨੀ ਪਕੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਲਿਜਾਣੇ ਦੀ ਕੋਸ਼ਿਸ਼ ਕੀਤੀ ਐਨ ਨੇ ਫਿਰ ਗੋਰਖਾ ਮਿਲਟਰੀ ਆ ਗਈ ਗੋਰਖਾ ਮਿਲਟਰੀ ਨੇ ਆ ਕੇ ਫਿਰ ਉਹ ਉਹਨਾਂ ਨੇ ਫਿਰ ਬਰਸ ਮਾਰੇ ਹੈਗੇ ਤੇ ਦੌੜ ਗਏ ਤੇ ਪਹਿਲੀ ਜਿਹੜੀ ਪਹਿਲੀ ਜਿਹੜੀ ਮਿਲਟਰੀ ਤੁਹਾਡੇ ਨਾਲ ਲੱਗੀ ਸੀ ਉਹ ਅੰਬਾਲਾ ਦੀ ਸੀ ਹਾਂਜੀ ਅੰਬਾਲਾ ਦੀ ਮਿਲਟਰੀ ਪਹਿਲੇ ਨਾਲ ਸੀ ਜਾਂ ਪਟਿਆਲਾ ਦੀ ਪਹਿਲਾਂ ਜਦੋਂ ਅ ਡੇਰਾ ਬਸੀ ਸੀ ਉਥੇ ਪਟਿਆਲੇ ਦੇ ਸਿੱਖ ਮਿਲਟਰੀ ਸੀ ਅੱਛਾ 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 ਪਟਿਆਲਾ ਦੀ ਹਾਂ ਜੀ ਰਿਆਨਸ ਪਟਿਆਲਾ ਦੀ ਮਾਲਾ ਸ਼ਹਿਰ ਚ ਹੋ ਸਕਦਾ ਗੋਰਖਾ ਅਰੇਂਜਮੈਂਟ ਵੀ ਹੋਵੇ ਜਾਂ ਹੋਰ ਕੋਈ ਹੋਵੇ ਜਾਂ ਮੁਸਲਮਾਨ ਵੀ ਹੋਣ ਮਹਰਹਲ ਗੋਰਖੇ ਆਇਆ ਜੀ ਮੈਨੂੰ ਅੱਛੀ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਗੋਰਖੇ ਆਏ ਉਹਨਾਂ ਨੇ ਜਨਾਬ ਆ ਕੇ ਬੀਹਣੀ ਅਸੀਂ ਟੋਮੀ ਗਨ ਕਹਿੰਦੇ ਹੁੰਦੇ ਸੀ ਉਹਦੇ ਚ 28 ਗੋਲੀਆਂ ਨਿਕਲਦੀਆਂ ਸੀ ਇੱਕੋ ਵਾਰੀ ਠੀਕ ਹੈ ਤੇ ਲੇਕਿਨ ਅਸੀਂ ਫਿਰ ਉਸ ਉਸ ਰਾਤ ਹੀ ਆਪਣੇ ਅੰਮ੍ਰਾਲੇ ਕੈਂਪ ਚ ਆ ਗਏ ਜੀ ਤੇ ਅੰਮ੍ਰਾਲੇ ਕੈਂਪ ਚ ਆ ਕੇ ਕੋਈ ਮੇਰਾ ਖਿਆਲ 70 75 ਹਜ਼ਾਰ ਨਫੂਸ ਦਾ ਕੈਂਪਸੀ ਉਥੇ ਹੈਜ਼ਾ ਫੈਲਿਆ ਔਰ ਹੈਜ਼ੇ ਦੇ ਨਾਲ ਤੇ ਇਨਾ ਕਤਲੇਆਮ ਤਾਂ ਆਮ ਹੋਇਆ ਹੋਣਾ ਲੇਕਿਨ ਹੈਜ਼ੇ ਨਾਲ ਬਸ ਇੱਕ ਨੂੰ ਮੇਰਾ ਛੋਟਾ ਆਪਣਾ ਭਾਈ ਉਹ ਵੀ ਹੈਜ਼ੇ ਨਾਲ ਅੱਜ ਸਵੇਰ بیمار ਹੋਇਆ ਤੇ ਸਾਰੀ ਰਾਤ ਗੁਜ਼ਰੇ ਸਵੇਰ ਇਸ ਲਈ ਲੈ ਲੈ ਕੇ ਚੱਲੇ ਆ ਮੇਰੀ ਅਮਾ ਦੇ ਕੰਦੇ ਨਾਲ ਸਾਂ ਅੱਬਾ ਜੀ ਦੇ ਨਾਲ ਤੇ ਅਸੀਂ ਸ਼ਹਿਰ ਚੱਲੇ ਆ ਕਿ ਜਾ ਕੇ ਉੱਥੇ ਹਸਪਤਾਲ ਦਾਖਲ ਕਰਾਈਏ ਤੇ ਜਾਂਦੇ ਜਾਂਦੇ ਵਸੇ ਅмма ਮੇਰੀ ਪਿੱਛੇ ਪਿੱਛੇ ਸੀ ਤੇ ਮੇਰੇ ਭਾਈ ਦਾ ਨਾਮ ਮੁਹੰਮਦ ਨਿਆਜ਼ ਸੀ ਤੇ ਐਂ ਕਰਕੇ ਅмма ਨੇ ਕਿਹਾ ਅਖੇ ਅਖੇ ਕੁ ਇੱਕ ਕੁਛ ਕੁਛ ਤੇ ਦੇਖੋ ਅਖੇ ਨਿਆਜ਼ ਨੂੰ ਦੇਖੋ ਤਾਂ ਸਹੀ ਤੇ ਬਸ ਉਸਨੇ ਅਸੀਂ ਲੈ ਲੈਂਦਾ ਮੈਨੂੰ ਤੇ ਮੈਨੂੰ ਤੇ ਆਪਣੇ ਪਾਏ ਦੀ ਮੈਨੂੰ ਤੇ ਮੈਨੂੰ ਤਾਂ ਸ਼ਕਲ ਵੀ ਨਹੀਂ ਦਿਖਾਈ ਮੈਨੂੰ ਸ਼ਕਲ ਵੀ ਨਹੀਂ ਦਿਖਾਈ ਉੱਥੇ ਫਿਰ ਅਸੀਂ ਰਹੇ ਹਾਂ ਜੀ ਅੰਮ੍ਰਾਲੇ ਕੈਂਪ ਚ ਅਸੀਂ ਕੋਈ 14-15 ਦਿਨ ਰਹੇ ਹਾਂ ਤੇ ਹੁਣ ਅੱਗੇ ਸਵਾਲ ਹੈਗਾ ਕਿ ਪਾਕਿਸਤਾਨ ਕਿਸ ਨਾਲ ਪਹੁੰਚੇ ਜੀ ਜੀ ਬਿਲਕੁਲ ਮੇਰੇ ਅੱਬਾ ਜੀ ਦੇ ਦੋਸਤ ਵੀ ਬਰਾਦਰੀ ਵੀ ਉਹਨਾਂ ਦਾ ਬੇਟਾ ਅ ਉਹਨਾਂ ਦਾ ਬੇਟਾ ਬੇਟੇ ਦਾ ਨਾਂ ਸੀ ਅ ਆਪਣੇ ਅਬਦੁਲ ਵਾਹਿਦ ਉਹ ਉਹ ਨੇਵੀ ਦੇ ਵਿੱਚ ਸੀ ਤੇ ਉਸ ਹਲੇ ਉਹ ਪਾਕਿਸਤਾਨ ਨੇਵੀ ਸੀ ਉਹ ਇੱਥੋਂ ਲੈ ਕੇ ਗਏ ਆਪਣੇ ਆਪਣੇ ਵਾਲਦ ਨੂੰ ਉਹਨਾਂ ਦੇ ਵਾਲਦ ਸਾਹਿਬ ਮਨੀ ਮਾਜਰਾ ਜਗ੍ਹਾ ਸੀ ਮਨੀ ਮਾਜਰਾ ਕਸਬਾ ਸੀ ਉੱਥੇ ਉਹ ਚਲੇ ਗਏ ਤੇ ਸਿੱਖ ਬਣ ਗਏ ਸੀ ਤੇ ਉਹਨਾਂ ਨੂੰ ਲੈਣ ਗਏ ਅੱਜ ਤੇ ਉਹਨਾਂ ਦੇ ਚਾਚੇ ਤਾਇਆ ਇਹ ਖਾਸ ਤੌਰ ਤੇ ਤਾਇਆ ਉਹ ਉਹ ਜ਼ਰਾ ਅਮੀਰ ਆਦਮੀ ਸੀ ਪੱਠੇ ਵਗੈਰਾ ਸੀ ਉਹਨਾਂ ਨੇ ਕਿਹਾ ਜੀ ਅਸੀਂ ਤੇ ਅਸੀਂ ਤੇ ਨਹੀਂ ਜਾਣਾ ਹੈਗਾ ਤੇ ਉਹ ਆਪਣੇ ਅੱਬਾ ਜੀ ਨੂੰ ਲੈ ਕੇ ਆਏ ਲੈ ਕੇ ਆ ਕੇ ਤੇ ਮੇਰੇ ਅੱਬਾ ਜੀ ਤੇ ਉਹਦੇ ਵਾਲਦ ਸਾਹਿਬ ਬਿਲਕੁਲ ਜਿਸ ਤਰ੍ਹਾਂ ਪਾਈਆਂ ਵਾਂਗੂ ਬਿਲਕੁਲ ਪਾਈਆਂ ਵਾਂਗੂ ਲੱਭਦੇ ਫਿਰਨੇ ਉਹ ਬਰਕਤ ਅਲੀ ਬਰਕਤ ਕਿ ਬਰਕਤ ਅਲੀ ਕਿੱਥੇ ਐਨੂੰ ਪੁੱਛ ਐਨੂੰ ਪੁੱਛ ਐਨੂੰ ਪੁੱਛ ਐਨੂੰ ਪੁੱਛ ਕਿ ਬਰਕਤ ਬਰਕਤ ਅਲੀ ਦਾ ਟੈਂਟ ਕਿੱਥੇ ਆ ਕਿ ਨਗੀ ਉਹ ਆ ਸਾਹਮਣੇ ਬੈਠ ਆ ਕੇ ਕਿਹਾ ਜੀ ਆਖੇ ਬਰਕਤ ਫੌਰਨ ਤੇ ਤਿਆਰ ਹੋ ਜਾਓ ਮੈਂ ਟਰੱਕ ਲੈ ਕੇ ਆਇਆ ਹੂੰ ਤੇ ਚਲੋ ਪਾਕਿਸਤਾਨ ਚਲੀਏ ਠੀਕ ਹੈ ਨੇਵੀ ਦੇ ਪਾਕਿਸਤਾਨ ਨੇਵੀ ਦੇ ਟਰੱਕ ਸੀ ਤੇ ਅਸੀਂ ਪੌਗਸਾਨ ਆ ਗਏ ਆ ਤੇ ਆ ਕੇ ਇੱਥੇ ਵੀ ਕਰਾਉਨ ਸਿਨੇਮਾ ਗੜੀ ਸ਼ਾਹੂ ਹਮ ਇੱਥੇ ਦੋ ਸਿਨੇਮੇ ਚ ਹਿੰਦੂ ਬਣਾਉਂਦੇ ਹੋਏ ਛੱਡ ਗਏ ਸੀ ਠੀਕ ਹੈ ਤੇ ਉਹਨਾਂ ਦੇ ਉਹ ਦੀਵਾਰਾ ਇੱਥੇ ਤੇ ਹੀ ਸੀ ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਕਪੜੇ ਲਾ ਕੇ ਟੈਂਟ ਬਣਾ ਕੇ ਤੇ ਉੱਥੇ ਕੋਈ 7-8 ਦਿਨ ਰਹੇ ਆ ਤੇ ਅੱਬਾ ਜੀ ਕਹਿਣ ਲੱਗੇ ਕਹਿਣ ਲੱਗੇ ਕਹਿਣ ਲੱਗੇ ਬਈ ਅਖੇ ਹੈ ਇਹ ਅਗ ਲੱਗੀ ਹੋਈ ਬੁਝੜੀ ਨਹੀਂ ਹੈ ਇਹ ਚੱਲੋ ਇੱਥੋਂ ਹਾਲਾਂਕਿ ਇਸ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਲਾਹੌਰ ਹੁਸ਼ਿਆਰਪੁਰ ਜਲੰਧਾ ਤੇ ਅੰਮ੍ਰਿਤਸਰ ਅੰਬਾਲਾ ਗੁਜਰਾਤ ਇਹ ਉਹ ਇਧਰ ਜ਼ਿਆਦਾ گزارਿਆ ਕਿ ਡੇਰਾ ਗਾਜ਼ੀ ਖਾਂ ਚੱਲੋ ਤੇ ਮੁਹਰਮ ਦੀ 10 ਤਾਰੀਖ ਜਿਹੜੀ ਹੈ ਉਹ ਅਸੀਂ ਡੇਰਾ ਗਾਜ਼ੀ ਖਾਂ ਮਨਾਈ ਹੈ ਅੱਛਾ ਜੀ ਇੱਥੇ ਸਟੋਰੀ ਜੀ ਇਹ ਹੈਗੀ ਹੈ ਹਾਂ ਇਸ ਤੋਂ ਬਾਅਦ ਜਿਹੜੀ ਸਟੋਰੀ ਦਾ ਦੂਸਰਾ ਹਿੱਸਾ